ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਦੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ 3 ਲੋਕ ਹੋਏ ਕਾਇਲ। ਹਸਪਤਾਲ ਦੇ ਵਿੱਚ ਕਰਵਾਇਆ ਭਰਤੀ। ਪੁਲਿਸ ਕਾਰਵਾਈ ਦੀ ਕੀਤੀ ਜਾ ਰਹੀ ਹੈ ਮੰਗ। ਫਾਜ਼ਿਲਕਾ ਦੇ ਪਿੰਡ ਮੁਹਾਰ ਜਮਸ਼ੇਰ ਦੇ ਵਿੱਚ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਇੱਕ ਮਹਿਲਾ ਸਮੇਤ 3 ਲੋਕ ਕਾਇਲ ਹੋ ਗਏ, ਜਿਨ੍ਹਾਂ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਾਬਕਾ ਸਰਪੰਚ ਹਰਬੰਸ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਦੇ ਬੱਚੇ ਅੱਜ ਆਈਟੀਆਈ ਤੋਂ ਪੜ੍ਹ ਕੇ ਵਾਪਸ ਪਿੰਡ ਪਰਤ ਰਹੇ ਸਨ ਤਾਂ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ, ਜਿਸ ਦੀ ਸੂਚਨਾ ਪਾ ਕੇ ਉਹਨਾਂ ਦਾ ਚਾਚਾ ਜਦ ਉਹਨਾਂ ਨੂੰ ਛੁਡਾਉਣ ਗਿਆ ਤਾਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਇੱਕ ਮਹਿਲਾ ਅਤੇ ਇੱਕ ਵਿਅਕਤੀ ਤੇ ਵੀ ਹਮਲਾ ਕੀਤਾ ਗਿਆ। ਝਗੜੇ ਦੇ ਵਿੱਚ 3 ਲੋਕ ਕਾਇਲ ਹੋ ਗਏ, ਜਿਨ੍ਹਾਂ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਅਤੇ ਪੁਲਿਸ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਹਰਬੰਸ ਸਿੰਘ। ਹਰਬੰਸ ਸਿੰਘ ਜੀ, ਕੀ ਗੱਲ ਹੋਈ ਹੈ? ਸਾਡੇ ਪਿੰਡ ਕੱਲ੍ਹ 2 ਦਿਨ ਹੋ ਗਏ ਅਤੇ ਮੁੰਡਾ ਫੌਜੀ ਛੁੱਟੀ ਆਇਆ ਸੀ ਅਤੇ ਉਹਦੀ ਪਾਰਟੀ ਕਰਨ ਵਾਸਤੇ ਸਾਰੇ ਮਤਲਬ ਉੱਥੇ ਪਿੰਡ ਸਾਡੇ ਆਸੇ ਪਾਸੇ ਹੋਰ ਫੌਜੀ ਵੀ ਲੱਗੇ ਹੋਏ ਨੇ ਪਿੰਡਾਂ ਦੇ। ਉਹਨਾਂ ਨੇ ਕੀ ਕੀਤਾ ਵੀ ਉਹ ਫੌਜੀ ਨੂੰ ਲੈਣ ਵਾਸਤੇ ਸਾਰਾ ਇਕੱਠੇ ਹੋ ਕੇ ਟਰੈਕਟਰ ਦੇ ਢੋਲ ਨਗਾਰੇ ਲਾ ਕੇ ਉਹਨੂੰ ਲਿਆਂਦਾ। ਚਲੋ ਪਾਰਟੀ ਕਰਨੀ ਉਹਨਾਂ ਦੇ ਘਰੇ ਕਰਨਾ, ਆਪਾਂ ਤਾਂ ਕੁਛ ਨਹੀਂ ਕਹਿਣਾ। ਕੀ ਹੋ ਗਿਆ ਜੀ, ਕੱਲ੍ਹ ਪਰਸੋਂ ਦੀ ਰਾਤ ਰਾਤ ਸਾਰੀ ਰਾਤ ਪਟਾਕੇ ਮਾਰਦੇ ਰਹੇ ਮੋਟਰਸਾਈਕਲਾਂ ਨਾਲ। ਮੈਂ ਇੱਕ ਸਰਪੰਚ ਪਿੰਡ ਦਾ ਅਤੇ ਮੈਂ ਇਹ ਗੱਲ ਕਹੀ ਵੀ ਯਾਰ ਗੱਲ ਚੰਗੀ ਨਹੀਂ ਹੈਗੀ, ਸਾਰੀ ਰਾਤ ਪਟਾਕੇ ਚੱਲਦੇ ਰਹੇ ਨੇ। ਉਹਨਾਂ ਨੇ ਉਸ ਗੱਲ 'ਤੇ ਰੱਖ ਲਿਆ ਵੈਰ। ਉਹਨਾਂ ਨੇ ਕੱਲ੍ਹ ਇਹਨਾਂ ਪਾਰਟੀ ਕੀਤੀ ਉਹ ਫੌਜੀ ਦੀ ਅਤੇ ਕੱਲ੍ਹ ਸਾਰਾ ਦਿਨ ਟਰੈਕਟਰ ਲੈ ਕੇ ਨਾ ਸਾਡੇ ਬੂਹੇ ਗੇਟ ਦੇ ਅੱਗੇ, ਸਾਡਾ ਰੋਡ ਦੇ ਘਰ ਹੈ, ਲਿਆ ਕੇ ਟਰੈਕਟਰ ਮੋੜਦੇ ਸੀ ਤਾਂ ਸਾਡੇ ਗੇਟ ਨੂੰ ਵੱਜਿਆ ਦੇਖਰ ਗੇਟ ਟੁੱਟ ਗਿਆ। ਅੱਛਾ, ਉਸ ਤੋਂ ਬਾਅਦ ਕੀ ਹੋ ਗਿਆ ਵੀ ਸ਼ਾਮ ਨੂੰ ਅਸੀਂ ਘਰੇ ਗਏ, ਸਾਨੂੰ ਦੱਸਿਆ ਗਿਆ ਕਹਿੰਦੇ ਸਾਡੇ ਨਾਲ ਆਹ ਵੀ ਆਹ ਗੱਲ ਹੈ। ਅਸੀਂ ਰਾਤ ਨੂੰ ਟਰੈਕਟਰ ਨੂੰ ਇਸ ਨੂੰ ਰੋਕਿਆ, ਅਸੀਂ ਕਿਹਾ ਵੀ ਯਾਰ ਚੰਗੀ ਨਹੀਂ ਕੀਤੀ ਆਹ ਗੱਲ ਹੈ। ਉਹਨਾਂ ਨੇ ਅਸੀਂ ਕੁਛ ਨਹੀਂ ਬੋਲੇ ਕੋਲ ਅਸੀਂ। ਉਸ ਤੋਂ ਬਾਅਦ ਉਹਨੂੰ ਅਸੀਂ ਆਖਿਆ ਤੂੰ ਜਾਂਦਾ ਰਹੇ, ਹੁਣ ਤੂੰ ਸ਼ਰਾਬ ਪੀਤੀ, ਤੂੰ ਚਲਾ ਜਾ ਕਰਾਂ ਨੂੰ। ਉਸ ਤੋਂ ਬਾਅਦ ਕੀ ਹੋ ਗਏ, 10-15-20 ਜਣੇ ਜੋੜ ਕੇ ਹੋਰ ਫੌਜੀ ਵੀ ਨਾਲ ਹੈਗੇ, ਨਾਲ ਜਿਹੜੇ ਮੁੰਡੇ ਹੈਗੇ ਉਹ ਆ ਗਏ। ਉਹਨਾਂ ਆ ਕੇ ਨਾ ਸਾਡੇ ਘਰੇ ਫਿਰ ਹਮਲਾ, ਫਿਰ ਉਹਨਾਂ ਹਮਲਾ ਕੀਤਾ ਕਰਕੇ। ਉਹਨਾਂ ਨੂੰ ਸਰਕਾਰ ਦਾ ਖੌਫ ਹੀ ਕੋਈ ਨਹੀਂ ਹੈਗਾ ਜੀ। ਇਹ ਕਹਿੰਦੇ ਨੇ BSF ਤਾਂ ਸਾਡੇ ਗੁਆਂਢ ਬੈਠੀ ਹੈ, ਕੋਈ BSF ਵਾਲਾ ਕੋਈ ਨਹੀਂ ਰੋਕ ਤੇ ਰਾਜੀ ਹੈਗਾ ਕਿ ਪਟਾਕੇ ਚੱਲਦੇ ਪਏ ਨੇ, ਕੌਣ ਹੈ ਕੌਣ ਨਹੀਂ ਹੈਗਾ। ਉਸ ਤੋਂ ਬਾਅਦ ਇਹਨਾਂ ਨੇ ਰਾਤ ਵਾਲੀ ਗੱਲ ਤਾਂ ਖਤਮ ਹੋ ਗਈ। ਅੱਜ ਸਵੇਰੇ ਸਾਡੇ ਬੱਚੇ ਸਕੂਲ ਆਏ ਨੇ ਆਈ ਟੀ ਤੋਂ ਵਾਪਸੀ ਜਾਂਦੇ ਪਏ ਸੀ ਅਤੇ ਰਸਤੇ ਦੇ ਵਿੱਚ ਫੜ ਕੇ ਉਹਨਾਂ ਨੂੰ ਕੁੱਟਿਆ ਨੇ। ਇਹਨਾਂ ਨੂੰ ਘਰੇ ਪਤਾ ਲੱਗਾ ਵੀ ਕੁੱਟੀ ਜਾਂਦੇ ਨੇ। ਇਹ ਆ ਕੇ ਸਾਡਾ ਚਾਚਾ ਆ ਸਾਡੇ ਜਵਾਬ ਛਡਾਉਣ ਆਏ ਨੇ ਅਤੇ ਆ ਉਹਨਾਂ ਨੇ ਸਾਨੂੰ ਇੱਥੇ ਕਾਪਿਆਂ ਨਾਲ ਬੰਦੇ ਸਾਡੇ ਚਾਚੇ ਜੀ ਨੂੰ ਕੱਟਤਾ, ਸਾਡੀ ਭਰਜਾਈ ਨੂੰ ਕੱਟਿਆ ਅਤੇ ਇੱਕ ਸਾਡੇ ਭਰਾ ਨੂੰ ਇਸ ਮਗਰਾਂ ਤੋਂ ਮਾਰਿਆ ਡਾਂਗ, ਉਹਦਾ ਫ੍ਰੈਕਚਰ ਹੋ ਗਿਆ। ਕਿੰਨੇ ਜਣੇ ਕਾਇਲ ਹੋਏ ਸਾਰੇ? ਇਹ 3 ਜਣੇ। ਅੱਛਾ ਜੀ। ਅਤੇ ਬਾਕੀ ਤੋਂ ਛੋਟੀ ਮੋਟੀ ਸੱਟਾਂ ਹੈਗੀਆਂ ਨੇ ਅਤੇ ਬਾਕੀ ਕੀਤਾ ਬਹੁਤ ਮਾੜਾ ਨੇ। ਇਹਨਾਂ 'ਤੇ ਨਗਾਇਬ ਕਸੀ ਜਾਵੇ, ਇਹਨਾਂ ਦੀ ਬ੍ਰਿਗੇਡ ਨੂੰ ਬੁਲਾਇਆ ਜਾਵੇ ਵੀ ਇਹ ਕੀ ਕਰ ਰਹੇ ਨੇ। ਕਿਹੜੀ ਬ੍ਰਿਗੇਡ 'ਚ ਲੱਗੇ ਹੋਏ ਨੇ? ਇਹ ਵੀ ਪਤਾ ਨਹੀਂ ਸਾਨੂੰ ਨਹੀਂ। ਅੱਛਾ ਜੀ। ਆਰਮੀ ਦੀ ਨਹੀਂ? ਕਿਹੜੇ ਪਿੰਡ? ਕਿਹੜੇ ਦਾ? ਪਿੰਡ ਹੈਗਾ ਸੀ ਕੋਈ ਮਾਰਜਮ ਸ਼ੇਰ ਦੇ ਬੰਦੇ, ਕਿਹੜਾ ਮਿਹਨਤ ਹੈਗਾ ਸੀ ਜਿਹੜਾ ਆਰਮੀ 'ਚ ਲੱਗਾ? ਚੁੱਪ ਕਰੀਏ, ਜਿਹੜਾ ਮਿਹਨਤ ਆਰਮੀ 'ਚ ਹੈਗਾ ਜਿਹੜਾ ਉਹ ਮਾਰਜਮ ਸ਼ੇਰ ਦਾ ਮੁੰਡਾ ਸੀ ਅਤੇ ਬਾਕੀ ਜਿਹੜੇ ਆਸੇ ਪਾਸੇ ਕੋਈ ਮਾਰ ਖੀਵੇ ਦਾ ਲੱਗੇ ਹੋਏ ਨੇ ਬਸ। ਇਹ ਝਗੜਾ ਕਿਹੜੇ ਪਿੰਡ ਹੋਇਆ ਸੀ? ਇਹ ਮਾਰਜਮ ਸ਼ੇਰ ਅਤੇ ਅੱਧ ਵਿਚਾਲੇ ਮਾਰ ਖੀਵੇ ਦੇ ਬੱਚੇ ਦੇ, ਜਿੱਥੇ ਸਾਡੇ ਘਰਾਂ ਦੇ ਲਾਗੇ ਨੇੜੇ ਹੀ ਹੋਇਆ ਜਾ। ਤੁਸੀਂ ਕਿਹੜੇ ਪਿੰਡ ਦੇ ਸਾਹਿਬ? ਸਾਡਾ ਮਾਰਜਮ ਸ਼ੇਰ ਹੈ। ਅੱਛਾ ਜੀ। ਹੁਣ ਮੰਗ ਕੀ ਕਰਦੇ ਹੋ ਤੁਸੀਂ? ਮੰਗ ਇਹਨਾਂ ਦੀ ਪਰਚਾ ਕੀਤਾ ਜਾਵੇ ਅਤੇ ਇਹਨਾਂ ਦੀ ਉਦੋਂ ਤੱਕ ਰਿਪੋਰਟ ਪਹੁੰਚਾਈ ਜਾਵੇ ਵੀ ਆਹ ਪਿੰਡਾਂ ਦੇ ਵਿੱਚ ਦਹਿਸ਼ਤ ਮਚਾਈ ਹੋਈ ਹੈ ਨਾ। ਮੋਟਰਸਾਈਕਲ ਤਾਂ ਬਿਲਕੁਲ ਨਾ ਦੇਖ, ਸਾਰਿਆਂ ਕੋਲ ਮੋਟਰਸਾਈਕਲ ਹੈਗੇ ਆ, ਪਟਾਕੇ ਚਲਾਉਂਦੇ, ਸਰਾਤ ਕਿਹੜਾ ਨਾਂ ਲੈਂਦਾ ਉਹਨਾਂ ਨੂੰ ਆਹ ਰੋਹ ਵਰਦੀ ਦਾ ਵਿਖਾਉਂਦੇ ਨੇ। ਠੀਕ ਹੈ।